ਸਾਰੀਆਂ ਚੀਜ਼ਾਂ ਜਸ਼ਕੀਰ ਨੂੰ ਆਉਂਦੇ ਨੇ ਬਹੁਤ ਨਾਮ ਕੀ ਕੀ ਖਾਇਆ ਚਾ ਦਾਲ ਚੌਲ ਖਾਇਆ ਹੁਣ ਪਹਿਲੇ ਨੇ ਚੱਲ ਜਾ ਜਾ ਉਸ ਪਰ ਖਾ ਜਿਹੜੀ ਕੌਮ ਆਪਣੇ ਸ਼ਗਿਰਦ ਨੂੰ ਨਾਲ ਉਠਾ ਕੇ ਇੱਕ ਜੈਸਾ ਖਾਣਾ ਨਹੀਂ ਖਿਲਾ ਸਕਦੀ ਉਹਨੇ ਕਿਸ ਕਿਸੇ ਕਿਹਾ ਉਹਨੇ ਕਿਹਾ ਅਲੇ ਉਮਰ ਨੂੰ ਮੰਨਿਆ ਕਿਹਾ ਇਸਤਫਾ ਨੂੰ ਮੰਨਿਆ ਜਿਸ ਕੌਮ ਦੇ ਅੰਦਰ ਊਚ ਨੀਚ ਖਤਮ ਨਹੀਂ ਹੋਈ ਘਰੋਂ ਮਿਹਰਬਾਨੀ ਤੋਂ ਮਾਹਲੇ ਜ਼ਮੀਨ ਪਰ ਖੁਦਾ ਮਿਹਰਬਾਨ ਦਾ ਅਰਸ਼ੇ ਬਰੀ ਪਰ ਰਹਿਮ ਖਾਇਆ ਕਰਦਾ ਜਾਂਦਾ ਵੇ ਮੱਤੀਆਂ ਬੇਟੀਆਂ ਤੇ ਤੈਨੂੰ ਰਹਿਣ ਨਹੀਂ ਆਉਂਦਾ ਹੈ ਡੈਵੋ ਗੱਡੀ 'ਚ ਸਫ਼ਰ ਕਰੇ ਡੈਵੋ ਗੱਡੀ 'ਚ ਸਫ਼ਰ ਕਰੇ ਜਰਾ ਵੀ ਪੈਸਲ ਕੁਵਰ ਸਕਾਈ ਵੇ ਅੱਲਾ ਜਾਂਦਾ ਵੇ ਲਿਆ ਸੀ ਐਕਸਪ੍ਰੈਸ ਇਹਦੇ ਵਿੱਚ ਜਦੋਂ ਬੈਠ ਜਾਵੇ ਸੀਟ ਤੇ ਨਜ਼ਰਾਂ ਚੁਕਾ ਲਿਆ ਕਰ ਜਦੋਂ ਇੱਕ ਮਜਬੂਰ ਲੜਕੀ ਖੜੀ ਹੋ ਗਈ ਅੱਲਾ ਜਾਂਦਾ ਸਫ਼ਰ ਦੀ ਦੁਆ ਪੜਦੀ ਏ ਜਦੋਂ ਨਜ਼ਰਾਂ ਚੁਕਾ ਲਿਆ ਕਰ ਉਹਦੀ ਤਰਫ ਦੁਬਾਰਾ ਤਸਵੀਰ ਖਿੱਚ ਕੇ ਲੋਕਾਂ ਨੂੰ ਪੇਸ਼ ਕਰਨੇ ਮੁਸਲਮਾਨ ਕਿਹੜੇ ਪਾਸੇ ਤੁਰ ਪਈਏ ਜਦੋਂ ਡੈਵੋ ਗੱਡੀ 'ਚ ਸਫ਼ਰ ਕਰੇ ਨਜ਼ਰਾਂ ਚੁਕਾ ਲਿਆ ਕਰ ਬਾਰ ਬਾਰ ਉਸ ਲੜਕੇ ਨੂੰ ਆਪਣੀ ਸੀਟ ਤੇ ਆਉਣ ਤੇ ਮਜਬੂਰ ਨਾ ਕਰ ਅਰਜ਼ ਕਰਦਾ ਤੈਨੂੰ ਪਤਾ ਨਹੀਂ ਗਾ ਇਹ ਲੜਕੀ ਨਹੀਂ ਗੇ ਜਦੋਂ ਸਾਹਮਣੇ ਖੜੀ ਹੈ 55 ਮਰਦਾਂ ਦੀ ਸੀਟਾਂ ਦੇ 70 ਸੀਟਾਂ ਦੇ ਕਰੀਬ ਜਾਣਾ ਬੜਾ ਮੁਸ਼ਕਲ ਕੰਮ ਹੈ ਪਰ ਹਰ ਸੀਟ ਤੇ ਜਾਣਾ ਦੀ ਡਿਊਟੀ ਹੈ ਹਰ ਇੱਕ ਦੀ ਡਿਮਾਂਡ ਜਣਾ ਪਿਆ ਲਓ ਉਸ ਵੇਲੇ ਮੁਝੇ ਪੈਪਸੀ ਚਾਹੀਏ ਮੁਝੇ ਮਰੰਡਾ ਚਾਹੀਏ ਹਜ਼ਰਤ ਇਮਾਮੇ ਹਸਨ ਨੂੰ ਰਹਿਮ ਆਇਆ ਲਗੇ ਜਾਂਦੇ ਹੈ ਕਿ ਕੁੱਤੇ ਤੇ ਰਹਿਮ ਖਾਣ ਵਾਲੇ ਤੇ ਰਹਿਮ ਖਾ ਲਿਆ ਜਿਹੜੀ ਸਫ਼ਰ ਦੇ ਅੰਦਰ ਨਜ਼ਰ ਝੁਕਾਵੇ ਅੱਲਾ ਜਾਣਦਾ ਹੈ ਟੈਵੋ 'ਚ ਜਿਹੜੀ ਲੜਕੀ ਕੰਮ ਕਰਦੀ ਏ ਫ੍ਰੈਂਚਾਈਜ਼ ਤੇ ਜਿਹੜੀ ਕੰਮ ਕਰਦੀ ਏ ਇਹ ਔਰਤ ਬਹੁਤ ਮਜਬੂਰੀ ਇੱਕ ਬੇਵਾ ਮਾਂ ਦਾ ਸਹਾਰਾ ਬਣ ਕੇ ਖੜੀ ਏ ਯਤੀਮ ਭੈਣਾਂ ਦਾ ਬਾਪ ਬਣ ਕੇ ਖੜੀ ਏ ਯਤੀਮ ਬਾਈਆਂ ਦਾ ਬਾਪ ਬਣ ਕੇ ਖੜੀ ਏ ਮਜਬੂਰ ਮਾਂ ਦਾ ਸਹਾਰਾ ਬਣ ਕੇ ਖੜੀ ਏ ਮਜਬੂਰ ਮਾਂ ਦਾ ਸਹਾਰਾ ਬਣ ਕੇ ਖੜੀ ਏ ਮੇਰੇ ਸੱਜਣੋ ਤੇ ਮੇਰੇ ਮਿੱਤਰੋ ਅਜ਼ੀਜ਼ਾਂ ਨੇ ਮਨ ਮਯੂਰ ਮੁਸਲਮਾਨ ਭਾਈਓ ਹੱਜ ਮੱਤੀਆਂ ਬੇਟੀਆਂ ਰੁਲ ਗਈਆਂ ਇਸ ਮਜਬੂਰ ਔਰਤ ਨੂੰ ਕਲੀ ਜਾਣ ਤੇ ਮਜਬੂਰ ਕਰ ਦਿੱਤਾ ਗਿਆ ਇਤਨੀ ਪਾਕਿਸਤਾਨ 'ਚ ਗੁਰਬਤ ਮਜਬੂਰੀਆਂ ਨੇ ਬੇਟੀਆਂ ਨੂੰ ਡੈਵੋ 'ਚ ਖੜਾ ਕਰ ਦਿੱਤਾ ਗਿਆ ਕਿਸੇ ਕੰਮ ਵਾਲੀ ਲੜਕੀ ਦੇ ਬਾਰੇ ਜ਼ਿਹਨ ਨਾ ਰੱਖਿਆ ਕਰ ਕਿ ਜੇ ਇਹਦੇ ਨਾਲ ਰਿਸ਼ਤਾ ਨਹੀਂ ਕਰਨਾ ਕਰਦਾਰ ਕਰਦਾ ਹੈ ਖੁਦਾ ਦਾ ਵਾਸਤਾ ਹੀ ਆਪਣੇ ਅੰਦਰ ਜ਼ਰਾ ਅੱਲਾ ਜ਼ਰਦੀ ਲੈ ਕੇ ਆਉਣਾ ਜਿਹੜਾ ਦੇ ਦੇ ਸਹੀ ਮੱਤੀਆਂ ਬੇਟੀਆਂ ਰੁਲ ਗਈਆਂ ਮੱਤੀਆਂ ਬੇਟੀਆਂ ਜਾ ਕੇ ਦੇਖ ਕਲੀ ਕਲੀ ਨਾ